12 जून 2023 ਨੂੰ ਮੋਗਾ ਵਿਖੇ 5 ਵਿਅਕਤੀਆਂ ਨੇ ਕਥਿਤ ਤੌਰ ਤੇ ਜੂਲਰ ਪਰਮਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ ਅਤੇ ਉਸ ਦੀ ਦੁਕਾਨ ਏਸ਼ੀਆ ਜੂਲਰਸ ਤੋਂ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ ਸਨ ਅਤੇ ਹੁਣ ਕਤਲ ਦੇ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ 5 ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਆਓ ਸੁਣਦੇ ਹਾਂ ਪੁਲਿਸ ਦੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਇਧਰ ਗੁਰਪ੍ਰੀਤ ਉਰਫ ਸੋਨੂ ਜਿਹੜਾ ਹੈ ਇਹ ਬੰਦਾ ਉਹ ਸ਼ਖਸ ਹੈ ਜਿਹੜਾ ਜਦੋਂ ਅੰਮ੍ਰਿਤਪਾਲ ਯਹਾਂ ਸੇ ਭਾਗ ਰਿਹਾ ਥਾ ਹੁਸ਼ਿਆਰਪੁਰ ਕੇ ਉਧਰ ਸੇ ਉਸਕੋ ਪਾਇਲਟਿੰਗ ਕਰਨੇ ਮੇਂ ਇਹ ਬੰਦਾ ਸ਼ਾਮਿਲ ਥਾ ਇਸ ਘਟਨਾ ਕਾ ਜੋ ਮਾਸਟਰ ਮਾਇੰਡ ਥਾ ਉਹ ਰਾਜਵੀਰ ਸਿੰਘ ਉਰਫ ਰਾਣਾ ਰਾਜਵੀਰ ਰਾਣਾ ਕੇ ਨਾਮ ਸੇ ਜਾਣਾ ਜਾਤਾ ਹੈ ਇਹ ਰਹਿਣੇ ਵਾਲਾ ਬੇਸਿਕਲੀ ਬਿਹਾਰ ਮੇਂ ਪਟਨਾ ਬੇਸਡ ਇਹ ਬੰਦਾ ਥਾ ਇਹ ਔਰ ਇਸਕੇ ਸਾਥ ਇੱਕ ਰਾਜਿੰਦਰ ਸਿੰਘ ਹੰਸ ਜੋ ਥਾਣਾ ਨਿਹਾਲ ਸਿੰਘ ਵਾਲਾ ਮੋਗਾ ਕਰਾਣੇ ਵਾਲਾ ਗੁਰਪ੍ਰੀਤ ਸਿੰਘ ਉਰਫ ਸੋਨੂ ਇਹ ਗੁਮਟਾਲਾ ਅੰਮ੍ਰਿਤਸਰ ਕਾ ਅਤੇ ਨਾਲ ਇਹਦੇ ਇੱਕ ਅਮਨ ਮਿਸ਼ਰਾ ਇਹ ਜਲੰਧਰ ਕਾ ਅਤੇ ਇੱਕ ਵਰੁਣ ਉਰਫ ਵਨੂ ਕਹਿਤੇ ਹੈ ਇਸਕੋ ਇਹ ਵੀ ਜਲੰਧਰ ਦਾ ਰਹਿਣ ਵਾਲਾ ਹੈ ਇਹ ਬੰਦੇ ਆਪਾਂ ਗ੍ਰਿਫਤਾਰ ਕਰ ਲਿੱਤੇ ਆਪਾਂ ਨੇ ਇਹ ਸਾਰੇ ਗੁਰਪ੍ਰੀਤ ਉਰਫ ਸੋਨੂ ਜਿਹੜਾ ਹੈ ਇਹ ਨਾਂਦੇੜ ਭੱਗ ਗਿਆ ਸੀ ਮਹਾਰਾਸ਼ਟਰ ਇਹ ਵਹਾਂ ਸੇ ਗ੍ਰਿਫਤਾਰ ਕੀਆ ਗਿਆ ਅਤੇ ਅਮਨ ਮਿਸ਼ਰਾ ਜਿਹੜਾ ਉਹ ਆਪਾਂ ਨੇ ਇੱਥੋਂ ਲੋਕਲ ਪੰਜਾਬ ਸੇ ਗ੍ਰਿਫਤਾਰ ਕੀਆ ਦੋ ਮੂਵਮੈਂਟਸ ਕੋ ਟ੍ਰੇਸ ਕਰਦੇ ਹੋਏ ਅਤੇ ਬਾਕੀ 3 ਬੰਦੇ ਜਿਹੜੇ ਉਹ ਪਟਨਾ ਅਤੇ ਆਸ ਪਾਸ ਸੇ ਹਮਨੇ ਗ੍ਰਿਫਤਾਰ ਕਰਕੇ ਲਿਆ ਹੈ ਇਹਦੇ ਵਿੱਚ ਜਿਹੜੇ ਅਸਲਾ ਇਹਨਾਂ ਨੇ ਇਸਤੇਮਾਲ ਕੀਤਾ ਉਹ ਬਰਾਮਦ ਹੋ ਗਿਆ ਹੈ ਅਤੇ ਜਿਹੜਾ ਲਾਇਸੈਂਸੀ ਵੈਪਨ ਮ੍ਰਿਤਕ ਕਾ ਥਾ ਉਹ ਵੀ ਆਪਾਂ ਨੇ ਬਰਾਮਦ ਕੀਤਾ ਹੈ ਇਹਦੇ ਇਲਾਵਾ ਜਿਹੜਾ ਇਹਨਾਂ ਨੇ ਸੋਨਾ ਲੁੱਟਿਆ ਸੀ ਉਹ ਇਹਨਾਂ ਨੇ ਉੱਥੇ ਪਟਨਾ ਜਾ ਕੇ ਉੱਥੇ ਕਿਸੇ ਦੇ ਇਹਨਾਂ ਦਾ ਐਸੋਸੀਏਟ ਸੀ ਉਹਦੇ ਨਾਲ ਰਲ ਕੇ ਉਹਨਾਂ ਨੂੰ ਗਲਾ ਦਿੱਤਾ ਸੀ ਉਹ ਵੀ ਆਪਾਂ ਨੇ ਰਿਕਵਰ ਕੀਤਾ ਹੈ ਅਭੀ ਇਹਦੇ ਵਿੱਚ ਜਿਹੜੀ ਤਫਤੀਸ਼ ਅਭੀ ਚੱਲ ਰਹੀ ਹੈ ਤਾਂ ਥੋੜ੍ਹਾ ਸੋਨਾ ਔਰ ਹੈ ਉਹਦੀ ਆਪਾਂ ਲੱਗੇ ਹਾਂ ਫਰਦਰ ਲੀਡਸ ਨੂੰ ਡਿਵੈਲਪ ਕਰਕੇ ਉਹ ਵੀ ਆਪਾਂ ਰਿਕਵਰ ਕਰਾਂਗੇ ਸਰ ਕਿੰਨਾ ਸੋਨਾ ਰਿਕਵਰ ਕੀਤਾ ਇਹ ਲਗਭਗ 109 ਗ੍ਰਾਮ ਜਿਹੜਾ ਹੈ ਉਹ ਬੇਸਿਕਲੀ ਜਿਹੜਾ ਮੈਲਟਡ ਸੋਨਾ ਸੀ ਇਹਨਾਂ ਨੇ ਭੱਟੀ ਮੈਂ ਮੈਲਟ ਕਰਾ ਦਿੱਤਾ ਉਹ ਰਿਕਵਰ ਕਰ ਲਿੱਤਾ ਹੈ ਕੁਛ ਔਰ ਜਵੈਲਰੀ ਆਈਟਮਸ ਹੈ ਦੂਸਰੇ ਐਕਿਊਜ਼ ਸੇ ਉਹ ਆਪਾਂ ਨੇ ਇਸਕੋ ਰਿਕਵਰ ਕੀਤਾ ਹੈ ਇਸਮੇਂ ਇੰਟਰਸਟਿੰਗ ਗੱਲ ਜਿਹੜੀ ਸਾਹਮਣੇ ਆਈ ਸਾਰੀ ਕਿ ਇਹ ਪਹਿਲੇ ਜਿਹੜਾ ਵਰੁਣ ਬੰਦਾ ਹੈ ਵਰੁਣ ਅਤੇ ਰਾਜਵੀਰ ਰਾਣਾ ਇਹ 2016 ਅਤੇ 19 ਦੇ ਦਰਮਿਆਨ 'ਚ ਇੱਥੇ ਟਰਾਂਸਫਾਰਮਰ ਦੇ ਤਾਂਬੇ ਚੋਰੀ ਕਰਦੇ ਤੇ ਬੇਸਿਕਲੀ ਉਸਮੇਂ ਇਹ ਪਕੜੇ ਗਏ ਔਰ ਵਰੁਣ ਫਿਰ ਉਹਦੇ ਬਾਅਦ ਜੇਲ੍ਹ 'ਚ ਰਿਹਾ ਫਿਰ ਉਹ ਨਵਾਂਸ਼ਹਿਰ ਜੇਲ੍ਹ 'ਚ ਸਜ਼ਾ ਕਾਟ ਕੇ ਆਪਣਾ ਜਿਤਨੀ ਸਜ਼ਾ ਉਸਨੂੰ ਦੀ ਗਈ ਉਹ ਕਰਕੇ ਫਿਰ ਇਹ ਇਸੀ ਸਾਲ ਬਾਹਰ ਆਇਆ ਥਾ ਰਾਜਵੀਰ ਜਿਹੜਾ ਰਾਣਾ ਹੈ ਇਹ ਬੇਸਿਕਲੀ ਜਲੰਧਰ ਜਦੋਂ ਪੇਸ਼ੀ ਮੇਂ ਗਿਆ ਥਾ ਉਹ ਸਜ਼ਾ ਸੁਣਾਈ ਜਾ ਰਹੀ ਥੀ ਉਸ ਟਾਈਮ ਇਹ ਵਹਾਂ ਸੇ ਫਰਾਰ ਹੋ ਗਿਆ ਥਾ ਕਸਟਡੀ ਸੇ ਔਰ ਫਿਰ ਇਹ ਚਲਾ ਗਿਆ ਥਾ ਪਟਨਾ ਬਿਹਾਰ ਪਟਨਾ ਮੇਂ ਦਾਨਾਪੁਰ ਕਾ ਇਲਾਕਾ ਹੈ ਜਹਾਂ ਪੇ ਵਹਾਂ ਕੇ ਭੂ ਮਾਫੀਆ ਟਾਈਪ ਕੇ ਜੋ ਐਲੀਮੈਂਟਸ ਥੇ ਜੋ ਮਸਲ ਮੈਨ ਥੇ ਉਸਕੇ ਸਾਥ ਇਸਕੀ ਦੋ ਯਾਰੀ ਦੋਸਤੀ ਥੀ ਉਨਕੇ ਸਾਥ ਬੈਠ ਕੇ ਵਹਾਂ ਕੇ ਜੈਸਾ ਅਭੀ ਤੱਕ ਇਸਕੀ ਪੂਛਤਾਛ ਮੇਂ ਆਇਆ ਹੈ ਵਿਵਾਦਿਤ ਭੂਮੀਓਂ ਮੇਂ ਕਬਜ਼ੇ ਮੇਂ ਸ਼ਾਮਿਲ ਰਹਿਤਾ ਥਾ ਇਸਨੇ ਇਹ ਵੀ ਬਤਾਇਆ ਕਿ ਸਾਹਿਬ ਮੇਰੇ ਪਰ ਤੋਂ ਸ਼ਾਇਦ ਵਹਾਂ ਪੇ ਲੋਕਲ ਜਿਹੜੇ MLA ਸਾਹਿਬ ਹੈ ਦਾਨਾਪੁਰ ਕੇ ਉਨਕੇ ਸਾਥ ਉਨਕੇ ਗੁਰਗੋਂ ਕੇ ਸਾਥ ਮੈਂ ਵਹਾਂ ਸ਼ਾਮਿਲ ਰਹਿਤਾ ਥਾ ਅਸਲਾ ਮਿਲਤਾ ਥਾ ਮੇਰੇ ਕੋ ਔਰ ਬਾਕੀ ਐਸ਼ੋਰਾਮ ਹਮੇਂ ਛੁਪਨੇ ਕੀ ਜਗ੍ਹਾ ਸਾਰੀ ਹਮਾਰੀ ਵਹਾਂ ਰਹਤੀ ਇੰਟਰਸਟਿੰਗ ਗੱਲ ਇਹ ਵਹੀਂ ਪੇ ਲੋਕਲ ਇਸਨੇ ਵਹਾਂ ਵੀ ਸੁਨਾਰ ਜਵੈਲਰਸ ਕੇ ਯਹਾਂ ਲੂਟ ਕੀ ਥੀ ਜਹਾਂ ਪੇ 15 ਦਿਨ ਕੇ ਬਾਅਦ ਹੀ ਪਕੜਾ ਵੀ ਗਿਆ ਥਾ ਔਰ ਫਿਰ ਇਹ ਬਿਊੜ ਜੇਲ੍ਹ ਮੇਂ ਬੰਦ ਥਾ ਬਿਊੜ ਜੇਲ੍ਹ ਮੇਂ ਇਸਕੀ ਮੁਲਾਕਾਤ ਹੋਤੀ ਹੈ ਰਾਜਵਿੰਦਰ ਸਿੰਘ ਉਰਫ ਹੰਸ ਜਿਹੜਾ ਆਪਣਾ ਥਾਣਾ ਨਿਹਾਲ ਸਿੰਘ ਵਾਲਾ ਹੈ ਜੋ ਬੰਦਾ ਵਹਾਂ ਪੇ ਬੇਸਿਕਲੀ ਸਮਾਨ ਲੈ ਕੇ ਆਲੂ ਕੀ ਸਪਲਾਈ ਕਰਨੇ ਗਿਆ ਥਾ ਐਜ਼ ਏ ਕੰਡਕਟਰ ਔਰ ਵਹਾਂ ਪੇ ਇੱਕ ਟੋਲ ਆਤਾ ਪਟਨਾ ਕੇ ਬਾਹਰ ਵਹਾਂ ਪੇ ਗਾੜੀ ਇਸਕੋ ਜਿਸਮੇਂ ਚਾਬੀ ਲੱਗੀ ਹੋਈ ਥੀ ਖੜੀ ਦਿਖੀ ਇਸਨੇ ਉਸਕੋ ਲੈ ਕੇ ਭਾਗ ਗਿਆ ਮਤਲਬ ਕ੍ਰਿਮੀਨਲ ਟਾਈਪ ਕਾ ਬੰਦਾ ਥਾ ਉਸ ਵਾਰਦਾਤ ਮੇਂ ਇਹ ਵਹਾਂ ਲੋਕਲੀ ਪਕੜਾ ਗਿਆ ਅਤੇ ਵਹਾਂ ਬਿਊੜ ਜੇਲ੍ਹ ਮੇਂ ਇਹ ਵੀ ਬੰਦ ਥਾ ਤੋ ਰਾਜਵਿੰਦਰ ਸਿੰਘ ਉਰਫ ਹੰਸ ਅਤੇ ਜਿਹੜਾ ਰਾਜਵੀਰ ਰਾਣਾ ਇਹ ਬਿਊੜ ਜੇਲ੍ਹ ਮੇਂ ਬੇਸਿਕਲੀ ਐਸੋਸੀਏਟ ਹੋਏ ਔਰ ਵਹਾਂ ਪੇ ਇਸਕੋ एक गैंगस्टर वहाँ का नामी गैंगस्टर है सौरभ करके सौरभ का साथी है गोलू इसके साथ से इसको असलाह मिले यहाँ पे इस वारदात को सौरभ वो शख्स है जो पटना का एक चर्चित हत्याकांड था ऋषभ हत्याकांड एक जो इंडिगो एयरलाइंस के मैनेजर थे उस हत्याकांड में मुख्य आरोपी है सो कहने मतलब ये था कि जड़ा ये बंदा राजू राणा है ये हार्ड कोर एसोसिएट्स के साथ इसका काफ़ी ज़्यादा गहनता जान पहचान थी और उसको काफ़ी एक्टिवली सपोर्ट मिल रहा था
और एक काफ़ी शातिर टाइप का बंदा है, बहुत जल्दी से कहते हैं प्लानिंग करना, मौका तलाशना और फिर वारदात कर देना। सर इंसिडेंट में कितने टोटल वेपन यूज हुए थे और कितने टोटल अभी तक, चार पहले बोल रहे थे आईजी साहब का जो था, पांच के पांच अरेस्ट हो गए। वही मैंने कहा कि प्रथम दृष्टया जब आया था तो पांचों बंदों में चार जो एक्टिवली बंदे थे वहाँ पे वो हमें पकड़े गए हैं, उनके वेपन्स मिल गए हैं। पाँचवा बंदा जिहड़ा लोकल बिहार का है, बेसिकली उसका नाम है करण राय उर्फ अरविंदर कुमार, वो वहाँ का रहने वाला है, उसकी तलाश अभी जारी है, उस पर हमें लीड्स मिले हैं। एक्टिवली हमारी टीम उसके हॉट परसूट से है, वो भी जल्दी फड़ा जाएगा। वो भी काफ़ी हार्डकोर क्रिमिनल बंदा है, वो भी कहते हैं उत्थे मोकामा एक जगह है पटना में, वहाँ के किसी बाहुबली का एसोसिएट्स अपने आप को बोलता है वो, तो उस पर मेरी टीम लगी हुई है सारे लिंकेजेस पे, जो जो इसको सपोर्ट दे रहे हैं लॉजिकल सपोर्ट, वहाँ भी इन्होंने जितने भी बंदों ने पटना बिहार में इन्होंने एक्टिवली सपोर्ट किया है, उन सब को भी हम लोग इस केस में लाएंगे, उनके खिलाफ भी हम लोग कार्रवाई। सर इन्होंने एशिया ज्वेलर्स क्यों टारगेट किया? मैं बता रहा हूँ, तो बेसिकली जब ये बेउर जेल से बाहर आए और ये बंदा जो वरुण, ये जब यहाँ से नवाशहर से बाहर आया, ये आपस में फिर इनका कंटैक्ट हुआ कि की करिए, खुन खाली हैं आपा, कुछ काम करिए। तो इधर गुरप्रीत उर्फ सोनू जड़ा है, ये बंदा वो शख्स है जड़ा जदों अमृतपाल यहाँ से भाग रहा था होशियारपुर के उधर से, उसको पायलटिंग करने में ये बंदा शामिल था। तो इसको बेसिकली गुरप्रीत गौरा करके एक बंदा है जड़ा सूरी हत्याकांड शामिल सी रकी करने में, वो इसका दोस्त था, उसने इसको कनेक्ट करा राजू राणा से और कहा था उन्होंने राजू राणा को कोई काम देगा, तो राजवीर राणा से इसका संपर्क हुआ। उसके बाद राजवीर राणा ने इनको कहा कि तुम लोग रांची आ जाओ, तो रांची जाके इन्होंने घूमे फिरे, जो बता रहे हैं कि होटल में हम लोग अपना शराब पिए, घूमने चले गए, फिर आगे हजारीबाग चले गए घूमने, उस सारी हम लोग तफ्तीश कर रहे हैं, वहाँ भी बताता है कि मेरे वहाँ भी जड़े लोकल वहाँ के MLA थे, उनके गुर्गों के साथ मेरी दोस्ती थी, तो मैं वहाँ उनके ठिकानों पर छुपता रहता था। वहाँ से होने के बाद रांची में बैठे बैठे इन्होंने कहा, ये राजविंदर हंस ने कहा कि आप मोगा में कुछ काम करते हैं, मेरे को वहाँ पे पूरा एरिया का पता है सारा। तो इन्होंने अपने मोबाइल में सर्च मारा कि मोगा के नामी ज्वेलर केड़े केड़े हैं, उस सर्च में इनको एशिया ज्वेलर्स का डिटेल आता है। उसके बाद इन्होंने ज़ीरो डाउन के और एक दो जगह की, जैसे बता रहे हैं कि राजस्थान में गंगानगर वगैरह में भी इन्होंने ज़ीरो डाउन किया वहाँ के ज्वेलर्स का भी, बट ये पहले जब यहाँ आए तो इन्होंने देखा कि ये टारगेट इजी लगा, ये 3 जून को रखी करने आए थे और इन्होंने देखा कि यहाँ पे कोई सिक्योरिटी गार्ड नहीं है और दुकान बड़ी अच्छे से लग रही है और सिर्फ दो ही शख्स रहते हैं, एक तो दुकानदार आप खुद थे उदे नाल एक लेडी स्टाफ रहेंगी, तो इनको लगा ये तो बड़ा सॉफ्ट टारगेट है, ये आप काम कर सकते हैं। तो उस दिन ये लोग दो बंदे आते हैं और जस्ट सी कि क्या रिएक्शन रहेगा दुकानदार का, ये अपना ऑर्डर दे दें कुछ कुछ फलां फलां ज्वेलरी करके लगभग 2-2.5 लाख का ऑर्डर दे दें। तो दुकानदार ने ऐसे अपना काम कर रहा था, उसने बताया कि हाँ ठीक है कर देंगे जी, तो उन्हें लगा कि हाँ ये दुकान पे आप काम कर सकते हैं। उसके बाद जब जिस दिन घटना होती है उस दिन तीन बंदे आते हैं, उस टाइम दुकानदार जो है अपने घर खाना खाने गए थे, थोड़ी अंदर लेडीज स्टाफ थी, उससे कुछ शक हुआ, उसने इनको फ़ोन किया कि कुछ 3 लोग आए हैं, कुछ कह रहे हैं हमें सोना चाहिए, कुछ खरीदारी करनी है। तो दुकानदार अपना तुरंत वापस आए, जैसे अंदर आए तीनों अंदर जाके घुसते हैं और अपना ऑर्डर लिखाने लग जाते हैं, तभी बाकी 2 बंदे जड़े हैं वो भी अंदर घुस जाते हैं, और जैसे ही वो अंदर घुसते हैं दुकानदार को शक पड़ जाता है। तब तक इन्होंने अपने असर निकाल के ये लोग हल्ला करते हैं, हमें सारा सोना लूट दो नहीं तो हम तुम्हें मार देंगे। उसने प्रोटेस्ट करने की कोशिश की कि नहीं देंगे, उसमें ढाक इन्होंने गोली मार दी उसको और फिर भाग के अपना जितना जिसकी जो हाथ में आया सोना लेके ये लोग वहाँ से भाग जाते हैं। भाग के लोग जो इनका अभी हमें निकल आ रहा है किस किस रूट से लिए वो हम सारे वेरीफाई कर रहे हैं, बट ये बिहार ये लोग पहुँचते हैं बस पकड़ के यहाँ से दिल्ली से आगे, और एक बंदा इंडिपेंडेंटली अपना नांदेड़ की तरफ चला जाता है, वो सारा हम लोग अभी वेरीफाई करें इंस्ट्रक्शन विषय, क्योंकि हमारे पास 5 दिन पुलिस रिमांड मिले हुए हैं, वो हम सारी गहनता से सारी डिटेल्स को हम लोग वर्कआउट कर रहे हैं। सर इस मामले में सारे मामले में चर्चा बहुत थी शहर में कि वो लेडी स्टाफ भी इसके साथ है। देखिए प्रथम दृष्टया अभी तक की हमारी तफ्तीश में ऐसा कोई गल सामने नहीं आई है कि लेडी सदर को इन्वॉल्वमेंट है। नवी खबर देखने के लिए सब्सक्राइब करो PBX News द ऑफिशियल YouTube चैनल।